परम सत्कार योग गुरु रूप साध संगत जी, आप भली भांत जानते हो कि अज आपां इस धरती ते ये धरना क्यों लाउणा पिया। जो मोदी सरकार है, जालम सरकार है, उन्होंने तीन बिल अजिहे पास किए ने जो इकल्ले किसानां ही लई नहीं, व्यापारियां लई ते मजदूरां लई भी बहुत घातक हन। जो कानून इस तरह पास रह गए ਤਾਂ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਤਹਿਸ ਨਹਿਸ ਹੋ ਜਾਵੇਗਾ। ਜੋ ਕਿਸਾਨ ਵੀਰ ਨੇ ਉਹ ਵੀ ਤਹਿਸ ਨਹਿਸ ਹੋ ਜਾਣਗੇ। ਜਿੰਨੇ ਵੀ ਕਾਰੋਬਾਰ ਚੱਲਦੇ ਨੇ, ਜਿੰਨੇ ਵੀ ਸ਼ਹਿਰਾਂ ਦੇ ਵਿੱਚ ਬਾਜ਼ਾਰ ਦੁਕਾਨਾਂ ਚੱਲਦੀਆਂ ਨੇ, ਭਾਵੇਂ ਕੋਈ ਵੀ ਕਾਰੋਬਾਰ ਹੈ, ਖਾਸ ਕਰਕੇ ਪੰਜਾਬ ਦੇ ਵਿੱਚ ਉਹ ਕਿਸਾਨਾਂ 'ਤੇ ਹੀ ਨਿਰਭਰ ਕਰਦਾ ਹੈ। ਕਿਉਂਕਿ ਜੇ ਕਿਸਾਨ ਖੁਸ਼ਹਾਲ ਹੈ ਤਾਂ ਹੀ ਬਾਜ਼ਾਰ ਨੇ ਜੋ ਉਹ ਖੁਸ਼ਹਾਲ ਨੇ, ਮਜ਼ਦੂਰ ਵੀਰ ਉਹ ਵੀ ਖੁਸ਼ਹਾਲ ਨੇ, ਅਤੇ ਜੋ ਆੜ੍ਹਤੀਏ ਨੇ ਉਹ ਵੀ ਖੁਸ਼ਹਾਲ ਨੇ। ਉਹਨਾਂ ਦਾ ਨੁਕਸਾਨ ਕਿਵੇਂ ਹੋਵੇਗਾ? ਜਦੋਂ ਕਿਸਾਨਾਂ ਕੋਲ ਹੀ ਕੁਝ ਨਹੀਂ ਹੋਵੇਗਾ ਤਾਂ ਮਜ਼ਦੂਰਾਂ ਨੂੰ ਦਿਹਾੜੀ 'ਤੇ ਕੰਮ 'ਤੇ ਕੌਣ ਲੈ ਕੇ ਜਾਵੇਗਾ? ਜਦੋਂ ਕਿਸਾਨਾਂ ਕੋਲ ਕੁਝ ਨਹੀਂ ਹੋਵੇਗਾ ਤਾਂ ਉਹ ਜਿਨਸ ਕਿੱਥੇ ਲੈ ਕੇ ਜਾਣਗੇ? ਆੜ੍ਹਤੀਏ ਵੀਰ ਵੀ ਉਹਨਾਂ ਦਾ ਵੀ ਨਾਸ ਹੋ ਜਾਣਾ ਹੈ। ਅੱਜ ਜੋ ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਸੰਘਰਸ਼ ਕਰ ਰਹੀਆਂ ਨੇ, ਭਾਵੇਂ ਅੱਜ ਤੋਂ ਕੁਝ ਦਿਨ ਪਹਿਲਾਂ ਸਾਰਾ ਪੰਜਾਬ ਬੰਦ ਕੀਤਾ ਸੀ, ਉਸ ਤੋਂ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਨੇ ਰਲ ਕੇ ਰੇਲਾਂ ਰੋਕੀਆਂ। ਜੋ ਇਹ ਧਰਨਾ ਇਸ ਸਥਾਨ 'ਤੇ ਚੱਲ ਰਿਹਾ ਹੈ ਉਹ ਬਹੁਤ ਲੰਬੇ ਸਮੇਂ ਤੋਂ ਇੱਥੇ ਚੱਲ ਰਿਹਾ ਹੈ। ਬਹੁਤ ਦੂਰੋਂ ਦੂਰੋਂ ਸੰਗਤਾਂ ਇਸ ਇਕੱਠ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ, ਆਪਣਾ ਯੋਗਦਾਨ ਪਾ ਰਹੀਆਂ ਨੇ। ਕੁਝ ਹੀ ਵੀਰ ਦਾਸ ਨੂੰ ਮਿਲੇ ਹੁਣੇ, ਉਹ ਦੱਸ ਰਹੇ ਸੀ ਕਿ ਅਸੀਂ ਸੰਗਰੂਰ ਕੋਲੋਂ ਆਏ ਹਾਂ, ਅਤੇ ਇੱਕ ਵੀਰ ਦੱਸ ਰਿਹਾ ਸੀ ਕਿ ਅਸੀਂ ਮੁਕਤਸਰ ਕੋਲੋਂ ਆਏ ਹਾਂ। ਸਾਧ ਸੰਗਤ ਜੀ, ਅੱਜ ਤੱਕ ਜਿੰਨੇ ਵੀ ਸੰਘਰਸ਼ ਹੋਏ, ਜੋ ਸੱਚ ਦੇ ਸੰਘਰਸ਼ ਹੋਏ, ਹੱਕਾਂ ਸੱਚਾਂ ਦੇ ਜਿੰਨੇ ਵੀ ਸੰਘਰਸ਼ ਹੋਏ ਨੇ, ਉਸ ਵਿੱਚ ਸੰਗਤ ਨੇ ਪੂਰਾ ਯੋਗਦਾਨ ਪਾਇਆ ਹੈ। ਜਿਸ ਤਰ੍ਹਾਂ ਜੋ ਇਹ ਧਰਨਾ ਚੱਲ ਰਿਹਾ ਹੈ, ਦਾਸ ਦਾ ਪਿੰਡ ਇੱਥੋਂ ਲਗਭਗ 90 ਕਿਲੋਮੀਟਰ ਪੈਂਦਾ ਹੈ ਸਿਰਥਲਾ, ਉੱਥੋਂ ਹਰ ਰੋਜ਼ ਹੀ 7-8 ਗੱਡੀਆਂ ਨੌਜਵਾਨ ਵੀਰ ਲੈ ਕੇ ਆ ਰਹੇ ਨੇ, ਅਤੇ ਹੋਰ ਵੀ ਦੂਰੋਂ ਦੂਰੋਂ ਜੋ ਇੱਥੇ ਇਹ ਧਰਨਾ ਚੱਲ ਰਿਹਾ ਹੈ, ਜਿਹੜੇ ਬਜ਼ੁਰਗਾਂ ਵੱਲੋਂ, ਵੀਰਾਂ ਵੱਲੋਂ ਇੱਥੇ ਲੰਗਰ ਲਾਏ ਗਏ ਨੇ, ਦਾਸ ਅੰਮ੍ਰਿਤ ਵੇਲੇ ਦਾ ਦੇਖ ਰਿਹਾ ਹੈ ਕਿ ਚਾਹ ਦੇ ਲੰਗਰ ਚੱਲ ਰਹੇ ਨੇ, ਬਿਸਕੁਟ ਚੱਲ ਰਹੇ ਨੇ, ਸਮੋਸੇ ਚੱਲ ਰਹੇ ਨੇ, ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਇਹ ਲੰਗਰ ਦੀ ਜੋ ਪਰੰਪਰਾ ਕਿਹਨਾਂ ਨੇ ਸ਼ੁਰੂ ਕੀਤੀ? ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮੇਂ ਦੌਰਾਨ 20 ਰੁਪਈਏ ਦਾ ਜੋ ਲੰਗਰ ਦੀ ਚਾਲੀ ਚਲਾਈ, ਅੱਜ ਕਿਤੇ ਵੀ ਕੁਝ ਵੀ ਹੋ ਰਿਹਾ ਹੈ, ਭਾਵੇਂ ਧਰਨੇ ਲੱਗ ਰਹੇ ਨੇ, ਸਭ ਤੋਂ ਪਹਿਲਾਂ ਗੁਰੂ ਦੀਆਂ ਸੰਗਤਾਂ ਜਾ ਕੇ ਉੱਥੇ ਲੰਗਰ ਲਾ ਦਿੰਦੇ ਨੇ। ਜਦੋਂ ਕਿਤੇ ਵੀ ਕੋਈ ਸੰਕਟ ਆਉਂਦਾ ਹੈ ਉੱਥੇ ਲੰਗਰ ਲਾਉਂਦੀਆਂ ਨੇ ਸੰਗਤਾਂ। ਇਹ ਕਿਰਪਾ ਕਿਹਦੀ ਹੈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤ ਰਹੀ ਹੈ, ਉਹਨਾਂ ਦੀ ਨਜ਼ਰ ਚੱਲ ਰਹੀ ਹੈ। ਇਸ ਪੰਜਾਬ ਨੂੰ ਡੋਬਣ ਖਾਤਰ ਪਹਿਲਾਂ ਤੋਂ ਲੈ ਕੇ ਭਾਵੇਂ ਅੰਗਰੇਜ਼ਾਂ ਨੇ ਇੱਥੇ ਆਪਣੀ ਹਕੂਮਤ ਕਾਇਮ ਕੀਤੀ, ਪਰ ਜੋ ਪੰਜਾਬੀ ਨੇ
ਇਹ ਅਣਖ ਨਾਲ ਭਰੇ ਹੋਏ ਨੇ। ਇੱਥੇ ਜੇ ਕਿਸੇ ਨੇ ਵੀ ਕਦੇ ਵੀ ਜ਼ੁਲਮ ਕੀਤਾ, ਭਾਵੇਂ ਉਹ ਗੁਰੂ ਸਾਹਿਬਾਨਾਂ ਦਾ ਸਮਾਂ ਸੀ, ਭਾਵੇਂ ਉਹਨਾਂ ਤੋਂ ਬਾਅਦ ਦਾ ਸਮਾਂ, ਕਿਸੇ ਜ਼ਾਲਮ ਦਾ ਇੱਥੇ ਹੱਥ ਨਹੀਂ ਪੈਣ ਦਿੱਤਾ। ਭਾਵੇਂ ਉਹਨਾਂ ਨੂੰ ਗੱਡੀ ਵੀ ਚੜ੍ਹਨਾ ਪਿਆ ਜਿਨ੍ਹਾਂ ਨੇ ਜ਼ੁਲਮ ਕਰੇ। ਭਾਵੇਂ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਕਰੀਏ, ਭਾਵੇਂ ਜ਼ਕਰੀਆ ਖਾਨ ਵਰਗੇ, ਭਾਵੇਂ ਮੱਸੇ ਰੰਗੜ ਵਰਗੇ, ਭਾਵੇਂ ਇੰਦਰਾ ਗਾਂਧੀ, ਕਹਿਣ ਦਾ ਭਾਵ ਸਮੇਂ ਸਮੇਂ 'ਤੇ ਜਿਨ੍ਹਾਂ ਨੇ ਜ਼ੁਲਮ ਕੀਤਾ, ਅੱਤਿਆਚਾਰ ਕੀਤਾ, ਉਹਨਾਂ ਦਾ ਸਮਾਂ ਥੋੜ੍ਹਾ ਹੀ ਰਿਹਾ ਹੈ। ਜਿਹੜੇ ਕਹਿੰਦੇ ਸੀ ਕਿ ਇੱਥੇ ਸਾਡੇ ਧਰਮ ਦਾ ਹੀ ਬੋਲਬਾਲਾ ਰਹੇਗਾ, ਉਹ ਵੀ ਧਰਮ ਨੂੰ ਦਬਾਉਣਾ ਚਾਹੁੰਦੇ ਸੀ, ਮਲੀਆ ਮੇਟ ਕਰਨਾ ਚਾਹੁੰਦੇ ਸੀ। ਆਖਿਰਕਾਰ ਉਹਨਾਂ ਦਾ ਹੀ ਮਲੀਆ ਮੇਟ ਹੋਇਆ ਹੈ। ਜੋ ਮੋਦੀ ਵਾਅਦੇ ਕਰਦਾ ਹੁੰਦਾ ਸੀ, ਆਪਣੇ ਆਪ ਨੂੰ ਬਗਲਾ ਭਗਤ ਬਣਨ ਦੀ ਕੋਸ਼ਿਸ਼ ਕਰਦਾ ਸੀ ਵੀ ਮੈਂ ਬਹੁਤ ਵੱਡਾ ਭਗਤ ਹਾਂ, ਪਰ ਅੱਜ ਜੋ ਹਾਲਾਤ ਵਾਪਰ ਰਹੇ ਨੇ, ਇੱਥੋਂ ਜਾਗਰਤ ਹੋਈ ਹੈ ਸਾਰੇ ਇੰਡੀਆ। ਇਹ ਇਕੱਲੇ ਪੰਜਾਬ ਦਾ ਹੀ ਨੁਕਸਾਨ ਨਹੀਂ, ਇਹ ਸਾਰੇ ਇੰਡੀਆ ਦਾ ਨੁਕਸਾਨ ਹੈ। ਜੋ ਉਸਦੀਆਂ ਚਾਲਾਂ ਨੇ, ਜੋ ਉਹ ਕਾਮਯਾਬ ਹੋ ਗਈਆਂ, ਤਾਂ ਇੱਥੇ ਸਾਰਿਆਂ ਦਾ ਹੀ ਬੁਰਾ ਹਾਲ ਹੋ ਜਾਵੇਗਾ। ਇਹ ਸਮਾਂ ਸੰਭਾਲਣ ਦੀ ਲੋੜ ਹੈ। ਦੁਬਾਰਾ ਫਿਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਇਹ ਲੰਗਰ ਲਾਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਹ ਧੰਨਤਾ ਦੇ ਪਾਤਰ ਨੇ। ਮੀਡੀਆ ਵਾਲੇ ਵੀ ਆਏ ਹੋਏ ਨੇ, ਸਾਡੇ ਦੀਪ ਸਿੱਧੂ ਜੀ, ਉਹ ਵੀ ਹੋਰ ਵੀ ਮਹਾਨ ਵਿਦਵਾਨ ਵੀ ਇੱਥੇ ਪਹੁੰਚਦੇ ਨੇ। ਆਪਣੀਆਂ ਅਰਦਾਸਾਂ ਬੇਨਤੀਆਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਕੀ ਅਰਦਾਸਾਂ ਬੇਨਤੀਆਂ ਕਰਨੀਆਂ ਨੇ? ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਤੁਸੀਂ ਸਰਬ ਸ਼ਕਤੀਮਾਨ ਹੋ, ਸਾਡੇ ਜੋ ਵੀ ਕਾਰਜ ਨੇ ਤੁਸੀਂ ਹੀ ਸੰਵਾਰ ਸਕਦੇ ਹੋ, ਤੁਹਾਡੇ ਤੋਂ ਬਗੈਰ ਸਾਡਾ ਕੋਈ ਵੀ ਨਹੀਂ। ਜੇਕਰ ਕਾਰਜ ਰਾਸ ਕਰੋਗੇ ਤਾਂ ਤੁਸੀਂ ਹੀ ਕਰ ਸਕਦੇ ਹੋ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਅਤੇ ਸੰਘਰਸ਼ ਵੀ ਕਰਨਾ ਹੈ। ਇਹ ਜੋ ਸੰਘਰਸ਼ ਹੁੰਦੇ ਨੇ, ਇਹ ਬਹੁਤ ਲੰਬੇ ਚੌੜੇ ਹੁੰਦੇ ਨੇ। ਇਹਨਾਂ ਦੀਆਂ ਹੱਦਾਂ ਕੁਝ ਦਿਨ ਨਹੀਂ ਹੁੰਦੇ, ਕੁਝ ਮਹੀਨੇ ਨਹੀਂ ਹੁੰਦੇ, ਕੁਝ ਸਾਲ ਨਹੀਂ ਹੁੰਦੇ। ਇਹ ਨਹੀਂ ਪਤਾ ਕਿ ਸੰਘਰਸ਼ਾਂ ਦੇ ਵਿੱਚ ਕਿੰਨਾ ਸਮਾਂ ਲੰਘ ਜਾਵੇ। ਇੱਥੇ ਸਾਡੇ ਸਤਿਕਾਰਯੋਗ ਵੀਰ ਜੀ ਗੁਰਵਿੰਦਰ ਸਿੰਘ ਜੀ ਅਤੇ ਇੱਕ ਸਾਡੇ ਬਾਪੂ ਜੀ, ਉਹ ਮਿਲੇ ਸੀ, ਉਹਨਾਂ ਨਾਲ ਵਿਚਾਰ ਹੋਏ। ਦਾਸ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਨੇ ਜੋ ਸਟੈਪ ਵੀ ਚੁੱਕਣਾ ਹੈ, ਉਹ ਪੂਰਾ ਸੋਚ ਸਮਝ ਕੇ ਚੁੱਕਣਾ ਹੈ। ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਜਦੋਂ ਕੋਈ ਵੀ ਸਟੈਪ ਚੱਕ ਲਿਆ, ਕੋਈ ਵੀ ਮੁੱਖ ਦੇ ਵਿੱਚੋਂ ਆਵਾਜ਼ ਕੱਢੀ, ਜਦੋਂ ਉਹ ਆਵਾਜ਼ ਕੱਢਦੇ ਸੀ, ਆਵਾਜ਼ ਕੱਢਣ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚਦੇ ਸੀ। ਜਦੋਂ ਸਟੈਪ ਚੱਕਦੇ ਸੀ, ਉਹ ਸਮੇਂ ਵੀ ਹਜ਼ਾਰਾਂ ਵਾਰ ਸੋਚ ਕੇ ਉਹ ਸਟੈਪ ਚੱਕਦੇ ਸੀ। ਉਹਨਾਂ ਨੇ ਉਹ ਕਿਹਨਾਂ ਦੇ ਮਾਰਗ 'ਤੇ ਚੱਲੇ? ਦਸਮੇਸ਼ ਪਿਤਾ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ, ਸਿਧਾਂਤਾਂ ਨੂੰ ਕਮਾਇਆ, ਉਹਨਾਂ ਦੇ ਚਲਦੇ ਹੋਏ ਪੂਰਨਿਆਂ 'ਤੇ ਆਪਾ ਵਾਰ ਗਏ, ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਨਹੀਂ ਕੀਤੇ, ਉਹਨਾਂ ਦੇ ਲੈਕਚਰ ਹੀ ਸੁਣੇ ਨੇ, ਉਹ ਅੱਜ ਵੀ ਤਿਆਰ ਹੋ ਜਾਂਦੇ ਨੇ ਸੱਚ 'ਤੇ ਲੜਨ ਲਈ, ਹੱਕ 'ਤੇ ਲੜਨ ਲਈ। ਉਹ ਕਿਉਂ ਪ੍ਰਭਾਵਿਤ ਹੁੰਦੇ ਨੇ? ਕਿਉਂਕਿ ਉਹਨਾਂ ਦੇ ਪੱਲੇ ਸੱਚ ਸੀ, ਹੱਕ ਸੀ, ਧਰਮ ਸੀ, ਤਾਂ ਉਹਨਾਂ ਦੇ ਮਗਰ ਸੰਗਤਾਂ ਲੱਗਦੀਆਂ ਸੀ। ਅੱਜ ਵੀ ਹੱਕ ਅਤੇ ਸੱਚ ਦੀ ਗੱਲ ਚੱਲ ਰਹੀ ਹੈ, ਹੱਕਾਂ ਦੀ ਗੱਲ ਚੱਲ ਰਹੀ ਹੈ। ਆਪਾਂ ਨੂੰ ਰਲ ਮਿਲ ਕੇ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਹਰੇਕ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜੋ ਐਜੀਟੇਸ਼ਨਾਂ ਹੁੰਦੀਆਂ ਨੇ, ਉਹ ਬਹੁਤ ਠਰੰਮੇ ਨਾਲ, ਸੰਜਮ ਨਾਲ ਚੱਲਦੀਆਂ ਨੇ। ਦਾਸ ਕੋਲੋਂ, ਬੋਲਦਿਆਂ ਕੋਲੋਂ,
ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ। ਦਾਸ ਖਿਮਾ ਦੇ ਜਾਜਕ ਨੇ ਇੰਨਾ ਕੁਝ ਕਹਿੰਦੇ ਹੋਏ ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।